ਸਾਡੇ ਵਿਸ਼ੇ ਵਿੱਚ ਜਿਹੜਾ ਹੈਗਾ ਪੰਜਾਬੀ 'ਚ ਲਿਖਣਾ ਬੋਲਣਾ ਪੜ੍ਹਨਾ ਗੁਨਾਹ ਸਮਝਿਆ ਜਾਂਦਾ ਸੀ ਕਿਉਂਕਿ ਸਾਡੇ ਵਿਸ਼ੇ ਦੇ ਵਿੱਚ ਇੱਕ ਵੱਡੀ ਫੌਜ ਹੈ ਜਿਹਨੂੰ ਅਸੀਂ ਸਰਕਾਰੀ ਦਰਬਾਰੀ ਤੇ ਜਗਾੜੀ ਅਰਥਵਿਗਿਆਨੀ ਕਹਿੰਦੇ ਆ ਜਿਹੜੇ ਸਰਕਾਰੀ ਦਰਬਾਰੇ ਜਾ ਕੇ ਆਪਣੀਆਂ ਹਾਜ਼ਰੀਆਂ ਲਵਾਉਂਦੇ ਨੇ ਉੱਥੋਂ ਫਾਇਦੇ ਲੈਂਦੇ ਨੇ ਪਰ ਕਿਉਂਕਿ ਸਰਕਾਰੇ ਦਰਬਾਰੇ ਬੋਲੀ ਪੰਜਾਬੀ ਨਹੀਂ ਹੈਗੀ ਬੋਲੀ ਅੰਗਰੇਜ਼ੀ ਹੈ ਉਹਨਾਂ ਨੇ ਅੰਗਰੇਜ਼ੀ 'ਚ ਲਿਖਣਾ ਹੁੰਦਾ ਪਰ ਜੇ ਸਰਕਾਰ ਸਰਕਾਰ ਜਾਂ ਦਰਬਾਰ ਚਾਹੇ ਤਾਂ ਉਹ ਥੋੜੇ ਟਾਈਮ ਲਈ ਪੰਜਾਬੀ ਚ ਗੱਲ ਕਰ ਲੈਂਦੇ ਨੇ ਪਰ ਆਮ ਦੌਰ ਤੇ ਸਾਡੇ ਇਕਨੋਮਿਕਸ ਦੇ ਲਿਖੇ ਹੋਏ ਪੇਪਰਾਂ ਨੂੰ ਬਹੁਤ ਬੁਰੀ ਤਰ੍ਹਾਂ ਉਹਦਾ ਜਿਹੜਾ ਹੈਗਾ ਨਖੇਦੀ ਕਰਦੇ ਨੇ ਕਿਉਂਕਿ ਇਹ ਤਾਂ ਪੰਜਾਬੀ ਚ ਲਿਖਿਆ ਹੈ ਇਹਦੇ ਵਿੱਚ ਕੀ ਹੈ ਮੇਰੇ ਡਿਪਾਰਟਮੈਂਟ ਚ ਜਦੋਂ ਮੈਂ ਪੜ੍ਹਨਾ ਸ਼ੁਰੂ ਕੀਤਾ ਤਾਂ ਉਸ ਮੌਕੇ ਇੱਕ ਟੀਚਰ ਸੀ ਡਾਕਟਰ ਨਰਮਲ ਸਿੰਘ ਅਜਾਦ ਆਪਣੇ ਸਮੇਂ ਦਾ ਬਹੁਤ ਉੱਘਾ ਅਰਥ ਵਿਗਿਆਨੀ ਸੀ ਜਦੋਂ ਉਹਨੇ ਡਿਪਾਰਟਮੈਂਟ ਟੀਚਰ ਦੇ ਤੌਰ ਤੇ ਜੁਆਇਨ ਕੀਤਾ ਤਾਂ ਮੈਥਮੈਟਿਕਲ ਇਕਨੋਮਿਕਸ ਪੜਾਉਂਦਾ ਸੀ ਤੇ ਕੋਈ ਸਟੂਡੈਂਟ ਉਹਦੀ ਕਲਾਸ ਨਹੀਂ ਛੱਡਦਾ ਮੈਥਮੈਟਿਕਲ ਇਕਨੋਮਿਕਸ ਤੇ ਉਹਨਾਂ ਦੀ ਨਿੰਮ ਹਾਰਤ ਸੀ ਪਰ ਸਮੇਂ ਦੇ ਨਾਲ ਉਹਨਾਂ ਨੇ ਕਿਹਾ ਵੀ ਮੈਥਮੈਟਿਕਲ ਇਕਨੋਮਿਕਸ ਕੋਈ ਹੋਰ ਪੜਾਊਗਾ ਮੇਰੇ ਲਈ ਇਹਦੇ ਵਿੱਚ ਕੁਝ ਨਹੀਂ ਹੈ ਮੈਂ ਤਾਂ ਪੋਲੀਟੀਕਲ ਇਕਨੋਮੀ ਦਾ ਕੰਮ ਕਰਨਾ ਹੈ ਪੋਲੀਟੀਕਲ ਇਕਨੋਮੀ ਦਾ ਕੰਮ ਕਰਨਾ ਸ਼ੁਰੂ ਕੀਤਾ ਪੋਲੀਟੀਕਲ ਇਕਨੋਮੀ ਤੇ ਜਿੰਨੇ ਉਸ ਮੌਕੇ ਦੇ ਰਿਸਰਚ ਜਰਨਲ ਸੀ ਜ਼ਿਆਦਾ ਚ ਉਹਨਾਂ ਦੇ ਰਿਸਰਚ ਪੇਪਰ ਪਬਲਿਸ਼ ਹੁੰਦੇ ਸੀ ਫਿਰ ਉਹਨਾਂ ਨੂੰ ਅਹਿਸਾਸ ਹੋਇਆ ਕਿ ਜਿਨ੍ਹਾਂ ਲੋਕਾਂ ਲਈ ਮੈਂ ਕੰਮ ਕਰਦਾ ਹਾਂ ਜਿਹੜਾ ਮੈਂ ਕੰਮ ਕਰਦਾ ਹਾਂ ਉਹ ਤਾਂ ਉੱਥੇ ਜਾਂਦਾ ਨਹੀਂ ਹੈਗਾ ਮੈਂ ਤਾਂ ਪੰਜਾਬੀ ਚ ਲਿਖੂਗਾ 1982 ਚ ਇਸੇ ਹਾਲ ਚ ਪਹਿਲੀ ਪੰਜਾਬ ਦੀ ਆਰਥਿਕਤਾ ਦੇ ਕਾਨਫਰੰਸ ਉਹਨਾਂ ਨੇ ਕਰਾਈ ਸੀ ਤੇ ਉਹਨੂੰ ਇੱਕ ਪੁਸਤਕ ਦੇ ਰੂਪ ਵਿੱਚ ਛਾਪਿਆ ਸੀ ਤੇ ਉਹ ਲੜੀ ਸ਼ੁਰੂ ਹੋਈ ਉਹ ਚੋਂ ਕੰਮ ਜਿਹੜਾ ਹੈਗਾ ਇੱਧਰ ਨੂੰ ਆਇਆ ਤੇ ਮੈਨੂੰ ਇਹ ਲੱਗਦੀ ਹੈ ਕਿ ਜਿਹੜੀ ਪਿੱਠਭੂਮੀ ਤੋਂ ਮੈਂ ਹਾਂ ਪਿੰਡ ਪਿੰਡ ਵਾਲੀ ਤੋਂ ਉੱਥੇ ਗਾਲਾਂ ਦਾ ਬਹੁਤ ਰਵਾਜ ਹੈ ਜਦੋਂ ਕੋਈ ਤੁਸੀਂ ਦੁਖੀ ਹੋਣ ਤਾਂ ਗਾਲਾਂ ਕੱਢੋ ਮੈਨੂੰ ਲੱਗਦਾ ਕਿ ਯੂਨੀਵਰਸਿਟੀ ਜਾ ਕੇ ਗੱਲਾਂ ਕੱਢਣ ਦੀ ਲੋੜ ਹੈ ਜੇ ਤੁਹਾਨੂੰ ਦੁੱਖ ਹੋਵੇ ਦੁੱਖ ਨੂੰ ਕਹਿਣ ਦਾ ਢੰਗ ਆਪਣੀ ਭਾਸ਼ਾ ਨਾਲੋਂ ਵਧੀਆ ਹੋਰ ਕਦੇ ਨਹੀਂ ਹੋ ਸਕਦਾ ਦੁੱਖ ਵੀ ਉਜਾਗਰ ਕੀਤਾ ਜਾਵੇ ਨਾਲ ਨਾਲ ਉਹਦਾ ਹੱਲ ਵੀ ਜੇ ਦੱਸਿਆ ਜਾਵੇ ਤਾਂ ਉਹ ਸ਼ਾਇਦ ਸਾਰਥਕ ਹੋ ਜਾਂਦਾ ਹੈਗਾ ਇਸੇ ਲਈ ਇਹ ਪੇਪਰ ਲਿਖਣ ਦਾ ਉਪਰਾਲਾ ਇਹਦੇ ਵਿੱਚ ਅੰਕੜੇ ਬਹੁਤ ਘੱਟ ਲਏ ਨੇ ਕਿਉਂਕਿ ਮੇਰੇ ਕੋਲ ਅੰਕੜੇ ਹੈ ਨਹੀਂ ਸੀ ਨਾ ਮੈਂ ਉਹਨਾਂ ਨੂੰ ਉਸ ਤਰ੍ਹਾਂ ਕਰ ਸਕਦਾ ਸੀ ਤੇ ਮੋਟੇ ਤੌਰ ਤੇ ਜੇ ਅੰਕੜਿਆਂ ਦੀ ਗੱਲ ਕਰੀਏ ਤਾਂ 1990 ਚ ਜਿਹੜੇ ਕਮਾਂਤਰੀ ਪ੍ਰਵਾਸੀ ਹੈ ਉਹਨਾਂ ਦੀ ਕੁੱਲ ਗਿਣਤੀ 154 ਮਿਲੀਅਨ ਸੀ 2000 ਚ ਵੱਧ ਕੇ 175 ਮਿਲੀਅਨ ਤੇ 2013 ਚ 232 ਮਿਲੀਅਨ ਹੋਣ ਦਾ ਅੰਦਾਜ਼ਾ ਹੈ ਜਿਹੜੇ ਭਾਰਤ ਚੋਂ ਜਿਹੜੇ ਇਹ ਪ੍ਰਵਾਸੀ ਨੇ ਇਹਨਾਂ ਦੀ ਗਿਣਤੀ ਕੁੱਲ ਪ੍ਰਵਾਸੀਆਂ ਕੁੱਲ ਦੁਨੀਆ ਦੀ ਆਬਾਦੀ ਦਾ 3% ਤੋਂ ਥੋੜ੍ਹਾ ਵੱਧ ਬਣਦੀ ਹੈ ਲੋਕ ਪ੍ਰਵਾਸ ਕਿਉਂ ਕਰਦੇ ਨੇ ਇਹਦੇ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਜਿਵੇਂ ਵਧੀਆ ਜ਼ਿੰਦਗੀ ਦਾ ਸੁਪਨਾ ਸਹਾਰ ਕਰਨਾ ਪਰਿਵਾਰ ਨਾਲ ਇਕੱਠੇ ਰਹਿਣਾ ਲੜਾਈਆਂ ਝਗੜਿਆਂ ਜੁੱਧਾਂ ਜਾਂ ਵਾਤਾਵਰਣ ਵਿੱਚ ਵਿਗਾੜਾਂ ਤੋਂ ਬਚਣ ਲਈ ਮੋٹے ਤੌਰ ਤੇ ਤੇ ਜੇ ਭਾਰਤ 'ਚੋਂ ਪ੍ਰਵਾਸੀ ਅੰਕੜੇ ਦੇਖਣੇ ਹੋਣ ਤਾਂ ਇਹਨਾਂ ਦੇ 25 ਮਿਲੀਅਨ ਹੋਣ ਦਾ ਅੰਦਾਜ਼ਾ ਹੈ ਭਾਰਤ 'ਚੋਂ ਦੋ ਤਰ੍ਹਾਂ ਦੇ ਲੋਕ ਪ੍ਰਵਾਸ ਕਰ ਰਹੇ ਨੇ ਇੱਕ ਤਾਂ ਗਾਇਰ ਹੁਨਰਮੰਦ ਅਤੇ ਅਰਧ ਹੁਨਰਮੰਦ ਜਿਹੜੇ ਆਮ ਤੌਰ ਤੇ ਖਾੜੀ ਦੇ ਦੇਸ਼ਾਂ ਜਾਂਦੇ ਨੇ ਦੂਜੇ ਇਹ ਅਰਧ ਹੁਨਰਮੰਦ ਪੇਸ਼ਾਵਰ ਲੋਕ ਤੇ ਵਿਦਿਆਰਥੀ ਜਿਹੜੇ ਜ਼ਿਆਦਾਤਰ ਅਮਰੀਕਾ, ਕੈਨੇਡਾ ਤੇ ਹੋਰ ਸਰਮਾਇਦਾਰ ਉੰਤ ਦੇਸ਼ਾਂ ਨੂੰ ਜਾਂਦੇ ਨੇ ਤੇ ਮੈਂ ਉਹਦੇ ਪਰਚੇ ਦਾ ਮੁੱਖ ਹਿੱਸਾ ਹੈ ਕਿ ਇਹ ਜੋ ਸਾਨੂੰ ਕੁਮੰਤਰੀ ਬਰਵਾਸ ਚੋਂ ਪੰਜਾਬੀਆਂ ਨੇ ਕੀ ਕਮਾਇਆ ਤੇ ਕੀ ਗੁਆਇਆ ਜੇ ਇੱਥੇ ਗੱਲ ਕਰੀਏ ਤਾਂ ਜਿੱਥੇ ਥੋੜਾ ਜਿਹਾ ਕਮਾਇਆ ਹੈ ਉੱਥੇ ਗਵਾਇਆ ਜ਼ਿਆਦਾ ਹੈਗਾ ਜਿਹੜਾ ਕਮਾਇਆ ਹੈ ਉਹ ਚੋਂ ਮੈਂ ਸ਼ੁਰੂਆਤ ਕਰਦਾ ਹੈ ਦੇਸ਼ ਦੀ ਆਜ਼ਾਦੀ ਨਾਲ ਜਦੋਂ ਦੇਸ਼ ਦੀ ਆਜ਼ਾਦੀ ਦਾ ਸੰਘਰਸ਼ ਚੱਲ ਰਿਹਾ ਸੀ ਤਾਂ ਸਾਡੇ ਦੇਸ਼ ਚੋਂ ਬਾਹਰਲੇ ਦੇਸ਼ਿਆਂ ਚ ਗਏ ਲੋਕਾਂ ਨੇ ਤੇ ਪੰਜਾਬ ਚੋਂ ਗਏ ਲੋਕਾਂ ਨੇ ਬਿੱਤੀ ਮਦਦ ਦਾ ਕਹੀ ਆਪਣੇ ਆਪ ਨੂੰ ਸੀਮਤ ਨਹੀਂ ਰੱਖਿਆ ਸਗੋਂ ਗਾਦਰ ਲਹਿਰ ਨੂੰ ਜਨਮ ਦਿੱਤਾ ਤੇ ਗਾਦਰ ਲਹਿਰ ਨੂੰ ਪਰਫੁੱਲਤ ਕਰਨ ਚ ਆਪਦਾ ਯੋਗਦਾਨ ਪਾਇਆ ਇਸ ਤੋਂ ਬਾਅਦ ਦੂਜੀ ਜਿਹੜੀ ਕਮਾਉਣ ਦੀ ਗੱਲ ਹੈ ਜਾਂ ਪ੍ਰਾਪਤੀ ਦੀ ਗੱਲ ਹੈ ਉਹ ਹੈ ਕਿ ਜਿਹੜੇ ਖਾੜੀ ਦੇਸ਼ਾਂ 'ਚ ਗਏ ਹੋਏ ਕੰਮੇ ਨੇ ਉਹਨਾਂ 'ਚ ਅਰਧ ਹੁਨਰਮੰਦ ਜਾਂ ਗੈਰ ਹੁਨਰਮੰਦ ਨੇ ਉਹ ਲਗਾਤਾਰ ਆਪਣੇ ਪਰਿਵਾਰਾਂ ਨੂੰ ਰਕਮਾਂ ਭੇਜਦੇ ਰਹਿੰਦੇ ਨੇ ਇਸੇ ਤਰ੍ਹਾਂ ਜਿਹੜੇ ਉੱਤ ਦੇਸ਼ਾਂ 'ਚ ਇਹਨਾਂ ਸ਼੍ਰੇਣੀਆਂ ਦੇ ਲੋਕ ਗਏ ਉਹ ਪਹਿਲੀ ਪੀੜੀ ਤੱਕ ਆਪਣੇ ਪਰਿਵਾਰਾਂ ਨੂੰ ਰਕਮਾਂ ਭੇਜਦੇ ਰਹਿੰਦੇ ਨੇ ਜਿਹੜਾ ਮੇਰਾ ਜ਼ਿਆਦਾ ਪਰਸਪੈਕਟਿਵ ਹੈ ਜਾਂ ਐਨਾਲਿਸਿਸ ਹੈ ਇਹਦਾ ਉਹ ਜ਼ਿਆਦਾਤਰ ਲੋਕਾਂ ਲਈ ਮੈਂ ਹਰੇਕ ਇੰਡੀਵਿਜੂਅਲੀ ਜਾਂ ਉਸ ਤਰ੍ਹਾਂ ਦੀ ਗੱਲ ਨਹੀਂ ਕਰਦਾ ਇਕੱਲੇ ਇਕੱਲੇ ਇਕਾਈ ਦਾ ਗੱਲ ਕੀਤੀ ਜਾਵੇ ਤੇ ਇਸ ਤਰ੍ਹਾਂ ਦਾ ਕੁਝ ਜਿਹੜਾ ਰੁਝਾਨ ਹੈ ਉਹ ਪੇਸ਼ਾਵਰ ਲੋਕਾਂ 'ਚ ਵੀ ਦੇਖਣ ਨੂੰ ਮਿਲਿਆ ਤੇ ਹੁਨਰਮੰਦ ਕੰਮ ਹੈ ਜਿਹੇ ਮਿਲਿਆ ਜਿਹੜੇ ਸਾਡੇ ਦੇਸ਼ 'ਚੋਂ ਜ਼ਿਆਦਾ ਉਨਤ ਦੇਸ਼ਾਂ 'ਚ ਗਏ ਨੇ ਤੇ ਜਿਨ੍ਹਾਂ ਇਹ ਰਕਮਾਂ ਸਾਡੇ ਦੇਸ਼ ਨੂੰ ਭੇਜੀਆਂ ਨੇ ਇਸ ਨਾਲ भेजण ਵਾਲਿਆਂ ਦੇ ਪਰਿਵਾਰਾਂ ਇਲਾਕਿਆਂ ਤੇ ਇਵਨ ਸੂਬੇ ਤੇ ਦੇਸ਼ ਦਾ ਭਲਾ ਹੋਇਆ ਕਿ ਉਹ ਰਕਮਾ ਖਚਣ ਨਾਲ ਇਹ ਸਾਰੇ ਅੱਗੇ ਗਏ ਨੇ ਇਹਨਾਂ ਪੰਜਾਬੀ ਪ੍ਰਵਾਸੀਆਂ ਨੇ ਦੁਨੀਆ ਦੇ ਬੱਖ-ਬੱਖ ਦੇਸ਼ਾਂ ਵਿੱਚ ਹੋਈ ਆਰਥਿਕ ਤਰੱਕੀ ਉਹਨਾਂ ਦੇਸ਼ਾਂ ਦੇ ਸੱਭਿਆਚਾਰਾਂ ਅਤੇ ਰਾਸ਼ੀ ਕਦਰਾਂ ਕੀਮਤਾਂ ਬਾਰੇ ਗਿਆਨ ਪ੍ਰਾਪਤ ਕੀਤਾ ਉਹਦਾ ਵੀ ਪੰਜਾਬ ਤੇ ਬਾਕੀ ਦੇਸ਼ ਨੂੰ ਫਾਇਦਾ ਹੋਇਆ ਇਸ ਤੋਂ ਬਿਨਾ ਇਹਨਾਂ ਪ੍ਰਵਾਸੀਆਂ ਨੇ ਆਪਣੇ ਪਿੰਡਾਂ ਦੇ ਸਕੂਲਾਂ ਕਾਲਜਾਂ ਹਸਪਤਾਲਾਂ ਅਤੇ ਹੋਰ ਸਮਾਜਿਕ ਮਹੱਤਵ ਵਾਲੇ ਕਾਰਜਾਂ ਵਿੱਚ ਵੀ ਕਾਫੀ ਸਲਾਹਣਯੋਗ ਯੋਗਦਾਨ ਪਾਇਆ ਹੈ ਅਤੇ ਪੰਜਾਬ ਚੋਂ ਦੂਜੇ ਦੇਸ਼ਾਂ ਜਾ ਕੇ ਵਸੇ ਪ੍ਰਵਾਸੀਆਂ ਨੇ ਜਿਹੜੇ ਪੱਕੇ ਤੌਰ ਤੇ ਬਸ ਗਏ ਨਵੇਂ ਜਾਂਦੇ ਪ੍ਰਵਾਸੀਆਂ ਦੀ ਬਹੁਤ ਪੱਖਾਂ ਤੋਂ ਮਦਦ ਕੀਤੀ ਜਿਹੜੀ ਸਲਾਹਣਯੋਗ ਹੈ ਤੇ ਇਹ ਚ ਸਭ ਤੋਂ ਵੱਡਾ ਜਿਹੜਾ ਮੈਂ ਕਰਨਾ ਚਾਹਾਂਗਾ ਉਹ ਹੈ ਸ੍ਰੀ ਐਸ ਪੀ ਸਿੰਘ ਉਭਰਾਏ ਦਾ ਇਹਨੇ ਖਾੜੀ ਦੇਸ਼ਾਂ 'ਚ ਬਹੁਤ ਸਾਰੇ ਪੰਜਾਬੀਆਂ ਦੀ ਜਾਨ ਨੂੰ ਬਚਾਇਆ ਪਰ ਹੁਣ ਗੱਲ ਕਰਦੇ ਆਂ ਗੁਆਣ ਦੀ ਜਿਹੜਾ ਗੁਆਇਆ ਉਹਦੀ ਲਿਸਟ ਬਹੁਤ ਜ਼ਿਆਦਾ ਲੰਬੀ ਹੈ ਪਰ ਉਹਦੇ ਵਿੱਚੋਂ ਕੁਝ ਇਹ ਮੁੱਖ ਜਿਹੜੇ ਪੱਖ ਨੇ ਉਹ ਮੈਂ ਪੇਸ਼ ਕਰਨ ਲੱਗਾ ਹਾਂ ਪੰਜਾਬ 'ਚੋਂ ਜ਼ਿਆਦਾ ਲਿਆਕਤ ਵਾਲੇ ਹੁਨਰਮੰਦ ਲੋਕਾਂ ਦਾ ਜਿਹੜਾ ਹੈਗਾ ਨਿਕਾਲ ਹੋਇਆ ਜਿਹਦੇ ਨਾਲ ਪੰਜਾਬ ਨੂੰ ਤੇ ਪੂਰੇ ਦੇਸ਼ ਨੂੰ ਵੱਡਾ ਘਾਟਾ ਪਿਆ ਜਿਹਨੂੰ ਇੰਗਲਿਸ਼ ਟਰਮ ਵਰਦੇ ਆਂ ਬ੍ਰੇਨ ਡ੍ਰੇਨ ਕਹਿੰਦੇ ਆਂ ਪਰ ਇਹਦੇ ਆਲੋਚਕ ਇਹ ਵੀ ਕਹਿੰਦੇ ਨੇ ਕਿ ਜੇ ਬ੍ਰੇਨ ਇੱਥੋਂ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਜਾਂ ਇਹਨਾਂ ਦੇਸ਼ਾਂ 'ਚ ਨਾ ਜਾਂਦਾ ਤਾਂ ਇਹ ਰੁਲ ਜਾਣਾ ਸੀ ਉਹਨਾਂ ਨੇ ਉਹ ਕਹਿੰਦੇ ਨੇ ਕਿ ਜੇ ਬ੍ਰੇਨ ਡ੍ਰੇਨ ਨਾ ਹੁੰਦਾ ਤਾਂ ਬ੍ਰੇਨ ਨੇ ਡ੍ਰੇਨ ਦੇ ਵਿੱਚ ਹੋਣਾ ਸੀ ਪਰ ਗੱਲ ਜਿਹੜੀ ਹੈਗੀ ਇਹ 'ਚ ਬੁੱਧੀ ਸਚਾਈ ਲੱਗਦੀ ਨਹੀਂ ਹੈਗੀ ਹੈਨਾ ਜਿਹੜੇ ਇੱਥੇ ਧਿਆਨ ਮੰਗਦੇ ਗੱਲ ਨੇ ਇਸ ਨਾਲ ਬ੍ਰੇਨ ਦੇ ਨਾਲ ਸੰਬੰਧਤ ਕਿ ਜਿੰਨੇ ਲੋਕ ਇੱਥੋਂ ਭਾਰਤ ਚੋਂ ਪੰਜਾਬ ਚੋਂ ਪੜ੍ਹ ਕੇ ਗਏ ਇਹਨਾਂ ਦੀ ਪੜ੍ਹਾਈ 'ਚ ਇਹਦੀ ਟ੍ਰੇਨਿੰਗ 'ਚ ਇਹਦੀ ਲਿਆਕਤ ਦੇ ਵਿੱਚ ਸਰਕਾਰ ਤੇ ਸਮਾਜ ਨੇ ਕੀ ਪਾਇਆ ਇਹਦਾ ਹਿਸਾਬ ਕੌਣ ਕਰੂਗਾ ਤੇ ਦੂਜੀ ਗੱਲ ਸੂਚਨਾ ਟੈਕਨਾਲੋਜੀ ਦੇ ਇਨਕਲਾਬ ਤੋਂ ਬਾਅਦ ਪੰਜਾਬ ਵਿੱਚੋਂ ਪੇਸ਼ੇਵਰ ਲੋਕਾਂ ਤੇ ਵਿਦਿਆਰਥੀਆਂ ਦੇ ਬਾਹਰਲੇ ਦੇਸ਼ਾਂ ਵਿੱਚ ਜਾਣ ਨਾਲ ਪਹਿਲਾਂ ਬ੍ਰੇਨ ਡレイン ਸੀ ਹੁਣ ਕੈਪੀਟਲ ਡレイン ਸ਼ੁਰੂ ਹੋ ਗਿਆ ਪੂੰਜੀ ਦਾ ਨਿਕਾਲ ਸ਼ੁਰੂ ਹੋ ਗਿਆ ਪਹਿਲਾਂ ਇਹ ਜਿਹੜਾ ਪੂੰਜੀ ਦਾ ਨਿਕਾਲ ਸੀ ਇਹ ਦੂਜੀ ਜਾਂ ਤੀਜੀ ਪੀੜ੍ਹੀ ਦੇ ਵਿੱਚ ਸ਼ੁਰੂ ਹੁੰਦਾ ਸੀ ਹੁਣ ਤਾਂ ਜਿਹੜੇ ਵਿਦਿਆਰਥੀਆਂ ਵਾਲੀ ਗੱਲ ਹੈ ਉਹ ਚ ਪੂੰਜੀ ਦਾ ਨਿਕਾਲ ਉਹਨਾਂ ਦੇ ਜਾਣ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ ਕਿ ਜਿਹੜੇ ਉਹਨਾਂ ਦਾ ਮਤਲਬ ਫੀਸਾਂ ਦੇਣੀਆਂ ਨੇ ਜਿਹੜੇ ਉਹਨਾਂ ਦਾ ਰਹਿਣ ਦੇ ਖਰਚੇ ਦੇਣੇ ਨੇ ਹੋਰ ਤੇ ਜਿਹੜੇ ਪੇਸ਼ਾਵਰ ਲੋਕ ਜਾਂਦੇ ਨੇ ਜਾਂ ਉਹ ਹੀ ਵਿਦਿਆਰਥੀ ਜਾ ਕੇ ਉੱਥੇ ਪੇਸ਼ਾਵਰ ਬਣਦੇ ਨੇ ਜਾਂ ਇੱਥੋਂ ਸਿੱਧੇ ਪੇਸ਼ਾਵਰ ਜਾਂਦੇ ਨੇ ਉਹਨਾਂ ਨਾਲ ਪੂੰਜੀ ਦਾ ਅਨਕਾਲ ਦੂਜੀ ਜਾਂ ਤੀਜੀ ਪੀੜੀ ਤੱਕ ਨਹੀਂ ਜਾਂਦਾ ਪੂੰਜੀ ਦਾ ਅਨਕਾਲ ਤਾਂ ਪਹਿਲੀ ਪੀੜੀ 'ਚੇ ਸ਼ੁਰੂ ਹੋ ਜਾਂਦਾ ਹੈਗਾ ਇਸ ਤੋਂ ਬਿਨਾ ਜਿਹੜਾ ਪੂੰਜੀ ਦਾ ਨਿਕਾਲ ਹੈ ਉਹਦੇ ਬਾਰੇ ਜਿਹੜਾ ਇੱਕ ਜ਼ਿਆਦਾ ਧਿਆਨ ਮੰਗਦਾ ਪੱਖ ਹੈ ਉਹ ਇਹ ਹੈ ਕਿ ਪੂੰਜੀ ਦਾ ਨਿਕਾਲ ਬਹੁਤੀ ਵੇਰੀ ਘਰਾਂ ਦੀ ਚੋਰੀ ਇੱਥੋਂ ਵੇਚੀ ਹੋਈ ਜਾਇਦਾਦ ਘਰਾਂ ਦੀ ਚੋਰੀ ਨਹੀਂ ਜਾਂ ਹਵਾਲੇ ਕਾਰੋਬਾਰ ਰਹ ਜਾਂਦੀ ਹੈ ਜਿਹਦਾ ਦੇਸ਼ ਨੂੰ ਘਟਾ ਮੈਂਦਾ ਤੇ ਜਿਹੜੀ ਵਿਦੇਸ਼ੀ ਪੂੰਜੀ ਹੈ ਉਹ ਜਿਹੜੀ ਸਾਡੇ ਕੋ ਆਈ ਸੀ ਜਦੋਂ ਕਾਰੋਬਾਰ ਹਵਾਲੇ ਕਾਰੋਬਾਰੀ ਜਾਂ ਰਹੇ ਜਾਂਦੀ ਹੈ ਤਾਂ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਤੇ ਦੇਸ਼ ਦਾ ਘਟ ਹੈ ਸੂਬੇ ਦਾ ਘਟ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪੰਜਾਬ ਚੋਂ ਗੈਹ ਪ੍ਰਵਾਸੀਆਂ ਦੀ ਆਮਦਨ ਵਿੱਚ ਕਈ ਗੁਣਾ ਵਾਧਾ ਹੋਇਆ ਇਹ ਵਾਧਾ ਜਿਹੜੇ ਦੇਸ਼ਾਂ 'ਚ ਉਹ ਗਏ ਨੇ ਉੱਥੇ ਮਜ਼ਦੂਰ ਦੀ ਆਮ ਮੁਕਾਬਲਤਨ ਉੱਚੀਆਂ ਦਰਾਂ ਅਤੇ ਕੰਮ ਕਰਨ ਦੇ ਲੰਬੇ ਘੰਟੇ 8 ਘੰਟੇ ਦੀ ਸ਼ਿਫਟ 12 ਘੰਟੇ ਦੀ ਸ਼ਿਫਟ 16 ਘੰਟੇ ਦੀ ਸ਼ਿਫਟ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹਦੇ ਕਾਰਨ ਹੋਇਆ ਪਰ ਸਾਡੇ ਭਾਈਚਾਰੇ ਨੇ ਉਹਨਾਂ ਚੋਂ ਜ਼ਿਆਦਾ ਨਹੀਂ ਵਧੀ ਹੋਈ ਆਮਦਨ ਨੂੰ ਇਹ ਉਤਪਾਦਕ ਕੰਮਾਂ ਦੇ ਬਜਾਏ ਗੈਰ ਉਤਪਾਦਕ ਕੰਮਾਂ 'ਚ ਜ਼ਿਆਦਾ ਲਾਇਆ ਜਿਹੜੇ ਕੰਮ ਦਿਖਾਵੇ ਵਾਲੇ ਨੇ ਇਹਦੇ ਵਿੱਚ ਉਹਨਾਂ ਦੇ ਸ਼ਹਿਰਾਂ 'ਚ ਬਹੁਤ ਵੱਡੇ ਮਹਿਲ ਨਮਾ ਘਰ ਅਤੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਵੱਡੇ ਘਰ ਜਿਹੜੇ ਆਪਦੇ ਰਹਿਣ ਵਾਲਿਆਂ ਲਈ ਤਰਸਦੇ ਨੇ ਉਹਨਾਂ 'ਚ ਰਹਿਣ ਵਾਲਾ ਕਦੇ ਕਦਾਈ ਕੋਈ ਆਉਂਦਾ ਹੈਗਾ ਮਹਿਲ ਵਾਂਗ ਘਰ ਹੈਗੇ ਰਹਿਣ ਵਾਲੇ ਨਹੀਂ ਹੈਗੇ ਇਸ ਤੋਂ ਬਿਨਾ ਜਿਹੜਾ ਸਾਡਾ ਭਾਈਚਾਰਾ ਹੈ ਇਹਨਾਂ ਦੇ ਜਿਹੜੀਆਂ ਲੇਡੀਜ਼ ਨੇ ਔਰਤਾਂ ਨੇ ਉਹਨਾਂ ਦੇ ਮਹਿੰਗੇ ਗਹਿਣੇ ਅਤੇ ਮਹਿੰਗੇ ਸੂਟ ਜਿਹੜੇ ਬਹੁਤ ਜ਼ਿਆਦਾ ਮਹਿੰਗੇ ਨੇ ਤੇ ਪਾਏ ਉਹ ਸਿਰਫ ਇੱਕ ਵਾਰੀ ਹੋ ਜਾਂਦੇ ਨੇ ਮੈਂ ਨਹੀਂ ਕਹਿੰਦਾ ਸਾਰੇ ਹੁੰਦਾ ਪਰ ਜ਼ਿਆਦਾ ਰੁਝਾਨ ਦੇ ਦੇਖਣ ਨੂੰ ਮਿਲਦੇ ਹੈ ਕਿ 11000 ਦਾ ਸੂਟ 1000 ਦਾ ਸੂਟ ਜਾਂ ਇਸ ਤੋਂ ਵੱਧ ਦਾ ਸੂਟ ਉਹ ਪਾਊਗਾ ਇੱਕ ਵਾਰੀ ਜੇ ਦੁਆਰਾ ਪਾ ਲਿਆ ਤਾਂ ਫਿਰ ਪੰਜਾਬੀਆਂ ਦੀ ਸ਼ਾਨ ਥੱਲੇ ਹੋ ਜੂਗੀ ਕਿ ਇਹ ਦੁਆਰਾ ਪਾ ਹੈ ਕਿਸੇ ਨੇ ਫੜ ਕੇ ਕਹਿ ਦੇਣਾ ਭੈਣ ਜੀ ਇਹ ਤਾਂ ਤੁਸੀਂ ਫਲਾਣੇ ਪਾਰਟੀ ਚ ਪਾਇਆ ਸੀ ਇਸ ਤਰ੍ਹਾਂ ਜਿਹਦੀ ਗੱਲ ਬਣਦੀ ਨਹੀਂ ਹੈਗੀ ਜਿਹੜੇ ਮਹਿਲਮਾਂ ਵੱਡੇ ਵੱਡੇ ਮਹਿਲ ਨਮਾ ਘਰ ਪੰਜਾਬ ਚ ਬਣਾਏ ਨੇ ਉਹ ਬਹੁਤੀ ਵਾਰੀ ਜੁਰਮਾਂ ਦੇ ਵਾਅਦਾ ਕਰਨ ਲਈ ਵੀ ਦੇਖੇ ਜਾ ਰਹੇ ਨੇ ਜਿਨੇ ਜੁਰਮ ਹੋ ਰਹੇ ਨੇ ਉਹ ਖਾਲੀ ਪੇ ਕੋਠੀਆਂ ਚ ਜਾਂ ਘਰਾਂ ਚ ਉਹ ਵੀ ਦੇਖ ਦਿੰਦੇ ਨੇ ਇੱਕ ਕਾਕੇ ਜਿਹੜਾ ਪ੍ਰਵਾਸ ਹਾਈਲੀ ਡਿਵੈਲਪਡ ਕੰਟਰੀ ਜਿਆਦਾ ਸਰਮਾਇਦਾਰ ਉន្តਦੇਸ਼ਾਂ ਨੂੰ ਹੋ ਰਿਹਾ ਹੈ ਇਹ ਖਾਂਦੇ ਪੀਂਦੇ ਘਰਾਂ ਚ ਹੋ ਰਿਹਾ ਹੈ ਜਦੋਂ ਇਹ ਪ੍ਰਵਾਸ ਘੱਟ ਸੀ ਤਾਂ ਉਸ ਸਮੇਂ ਇਹ ਖਾਂਦੇ ਪੀਂਦੇ ਘਰ ਸਮਾਜਿਕ ਸਰੋਕਾਰਾਂ ਚ ਇਹਨਾਂ ਦੀ ਭਾਗੀਦਾਰੀ ਸੀ ਤੇ ਉੱਥੇ ਜਦ ਕੁਝ ਗਲਤ ਹੁੰਦਾ ਇਹ ਤਾਂ ਉਹਦਾ ਵਿਰੋਧ ਦਰਜ ਕਰਦੇ ਸੀ ਉਹ ਰੁਕ ਗਿਆ ਜਿਸ ਕਰਕੇ ਅੱਜ ਜਿੰਨੇ ਪੰਜਾਬ ਦੇ ਪਿੰਡੂ ਏਰੀਆ ਉਹ ਚ ਇਹਨਾਂ ਦੇ ਬਣਦੇ ਇਹ ਭਾਗੀਦਾਰੀ ਅਤੇ ਵਿਰੋਧ ਦੇ ਕਾਰਨ ਸਾਡੇ ਸਿੱਖਿਆ, ਸਿਹਤ ਸਵਾਵਾ ਅਤੇ ਸਵਾਜਿਕ ਮਹੱਤਵ ਦੇ ਹੋਰ ਜਿਹੜੇ ਕੰਮ ਨੇ ਉਹ ਉਨੀ ਤਰੱਕੀ ਨਹੀਂ ਕਰ ਸਕੇ ਜਿੰਨੀ ਇਹਨਾਂ ਦੀ ਭਾਗੀਦਾਰੀ ਨਾਲ ਹੋਣੀ ਸੀ ਜੇ ਅੱਜ ਪੰਜਾਬ ਦੇ ਪਿੰਡੂ ਸਕੂਲਾਂ ਦੀ ਗੱਲ ਕਰੀਏ ਤਾਂ ਉੱਥੇ ਬੱਚੇ ਜਿਹੜੇ ਹੈਗੇ ਉਹ ਤਾਂ ਮਤਲਬ ਉਹਨਾਂ ਦੇ ਯਾਰ ਹੈ ਜਿਹਨੇ ਜਿਹੜੇ ਕਿਤੇ ਹੋਰ ਪੜਾ ਨਹੀਂ ਸਕਦੇ ਕਿਉਂਕਿ ਉੱਥੇ ਅਸੀਂ ਉਨੀ ਸਥਿਤੀ ਨੂੰ ਵਧਿਆ ਨਹੀਂ ਕਰ ਸਕੇ ਅੱਛਾ ਕੁਝ ਇੱਕ ਪੱਖ ਹੈ ਜਿਹੜੇ ਨੇ ਜਿਨ੍ਹਾਂ ਵਿੱਚ ਪੰਜਾਬ ਚੋਂ ਗਏ ਪ੍ਰਵਾਸੀ ਜਿਆਦਾ ਪੰਜਾਬ ਵਰਗੇ ਮਾੜੀਆਂ ਆਤਾਂ ਚ ਲਹਿਨੇ ਜਾਂ ਉਸ ਤੋਂ ਵੀ ਮਾੜੀਆਂ ਆਤਾਂ ਚ ਉੱਥੇ ਦੇਖਣ ਨੂੰ ਮਿਲਦੀਆਂ ਨੇ ਗੁਰਦੁਆਰਿਆਂ ਦੀ ਗੱਲ ਹੋਈ ਸੀ ਗੁਰਦੁਆਰਿਆਂ ਦਾ ਆਬਦਾ ਮਹੱਤਵ ਹੈ ਉਹਦੇ ਬਾਰੇ ਕੋਈ ਗੱਲ ਨਹੀਂ ਕਰਦਾ ਪਰ ਗੁਰਦੁਆਰੇ ਸਰਵ ਸਾਂਝੇ ਹੁੰਦੇ ਨੇ ਮੰਦਰ ਸਰਵ ਸਾਂਝੇ ਹੁੰਦੇ ਨੇ ਇਸ ਤਰ੍ਹਾਂ ਦੂਜੀਆਂ ਚੀਜ਼ਾਂ ਸਰਵ ਸਾਂਝੀਆਂ ਹੁੰਦੀਆਂ ਨੇ ਮੈਂ ਗੱਲ ਕਰਦਾ ਦੋ ਦੇਸ਼ਾਂ ਦੀ ਅਮਰੀਕਾ ਤੇ ਕੈਨੇਡਾ ਦੀ ਉੱਥੇ ਜ਼ਿਆਦਾਤਰ ਗੁਰਦੁਆਰੇ ਸੁਭਾਵ ਆਂਦੇ ਨੇ ਟਰਸਟ ਆਂਦੇ ਨੇ ਸੁਸਾਇਟੀਆਂ ਆਂਦੇ ਨੇ ਉਹ ਦਾ ਉਹਨਾਂ ਦੀ ਨਿੱਜੀ ਜਾਇਦਾਦ ਨੇ ਜਿੰਨੇ ਉਹਦੀ ਰਜਿਸਟਰਡ ਸੁਸਾਇਟੀ ਹੈ ਉਥੋਂ ਤੱਕ ਸੀਮਿਤ ਨੇ ਇਹਨਾਂ ਗੁਰਦੁਆਰਿਆਂ ਮੰਦਰਾਂ ਨੂੰ ਜਾਂ ਹੋਰ ਧਾਰਮਿਕ ਸਥਾਨਾਂ ਜਿਹੜੇ ਸਾਡੇ ਨਾਲ ਰਿਲੇਟਡ ਨੇ ਇਹਨਾਂ ਨੂੰ ਰਾਜ ਸਹਿਯੋਗਤਾਂ ਲਈ ਵਰਤਿਆ ਜਾਂਦਾ ਹੈ ਇਹਨਾਂ ਵਿੱਚ ਅਕਸਰ ਲੜਾਈ ਝਗੜੇ ਹੁੰਦੇ ਦੇਖੇ ਜਾਂ ਦੇਖੇ ਜਾ ਸਕਦੇ ਨੇ ਤੇ ਬਹੁਤ ਵਾਰੀ ਉਹ ਮੌਤਾਂ ਦੇ ਵਿੱਚ ਤਬਦੀਲ ਹੁੰਦੇ ਵੀ ਦੇਖੇ ਜਾ ਸਕਦੇ ਨੇ ਕਦੇ-ਕਦੇ ਇੱਥੋਂ ਗਏ ਲੋਕ ਵੀ ਉਸ ਸੰਕਟ ਦਾ ਸਾਹਮਣਾ ਕਰਦੇ ਦੇਖੇ ਜਾਂਦੇ ਨੇ ਦੂਜੀ ਗੱਲ ਇਹ ਗੁਰਦੁਆਰਿਆਂ 'ਚ ਸਾਡੇ ਕੋਲ ਇੱਕ ਗੱਲ ਬਹੁਤ ਵੱਡੀ ਹੈ ਜਿਹੜੀ ਦੁਨੀਆ 'ਚ ਸ਼ਾਇਦ ਹੋਰ ਬਹੁਤ ਜਗ੍ਹਾ ਘੱਟ ਹੋਵੇ ਉਹ ਹੈ ਲੰਗਰ ਤੇ ਡਾਕਟਰ ਦੀਪਕ ਮਨਮੋਨ ਉਹਨਾਂ ਨੇ ਵੀ ਦੱਸਿਆ ਕਿ ਲੰਗਰ ਦੀ ਜਿਹੜੀ ਹੈਗੀ ਉਹ ਜ਼ਿਆਦਾ ਖਿੱਚ ਹੁੰਦੀ ਹੈ ਪਰ ਜਿਹੜਾ ਕੁਝ ਲੰਗਰ 'ਚੋਂ ਮੈਨੂੰ ਲੱਗਦਾ ਹੈ ਮੈਨੂੰ ਲੱਗਦਾ ਹੈ ਕਿ ਲੰਗਰ 'ਚ ਲੰਗਰ ਦੀ ਭਾਵਨਾ ਘੱਟ ਵਿਆਹ ਵਰਗੇ ਜਸ਼ਨ ਦੀ ਜਿੱਥੇ ਅਸੀਂ ਆਪਣਾ ਹੌਸ਼ਲਾ ਪਾਣ ਦਿਖਾਉਣਾ ਹੁੰਦਾ ਉਹ ਸ਼ਾਇਦ ਜ਼ਿਆਦਾ ਹੁੰਦੀ ਹੈ ਕਿ ਲੰਗਰ ਬਿਆਦਾਂ ਨਜ਼ਾਰਾ ਜ਼ਿਆਦਾ ਪੇਸ਼ ਕਰਿਆ ਹੁੰਦਾ ਹੈ ਲੰਗਰ ਦੀ ਭਾਵਨਾ ਉੱਥੋਂ ਮਿਸਿੰਗ ਹੁੰਦੀ ਹੈਗੀ ਇਸੋ ਬਿਨਾ ਸਾਡਾ ਭਾਈਚਾਰਾ ਜਿਹੜੇ ਸਮਾਜਿਕ ਸਰੋਗਾਰਾਂ ਦੀ ਪੂਰਤੀ ਲਈ ਸਾਂਝੇ ਥਾਵਾ ਕਿਰਾਏ ਉੱਪਰ ਲੈਂਦਾ ਜਾਂ ਵੈਸੇ ਲੈਂਦਾ ਉਹ ਥੋੜੀ ਦੇਰ ਲਈ ਮਿਲਦਿਆਂ ਨੇ ਬਾਅਦ ਚ ਬੰਦ ਹੋ ਜਾਂਦਿਆਂ ਨੇ ਕਿਉਂਕਿ ਉੱਥੇ ਬਹੁਤ ਉੱਚੀ ਸੰਗੀਤ ਪੂਰੀ ਉੱਚੀ ਆਵਾਜ਼ ਚ ਗਿੱਧੇ ਭੰਗੜੇ ਤੇ ਖਾਣ ਪੀਣ ਤੋਂ ਬਾਅਦ ਬਚਦਾ ਸਮਾਨ ਉੱਥੇ ਖੁੱਲੇ ਚ ਸੁੱਟਣਾ ਇਹ ਸਾਡੀਆਂ ਆਦਤਾਂ ਨੇ ਜਿਹਦੇ ਕਰਕੇ ਸਾਨੂੰ ਮਤਲਬ ਸ਼ਰਮਸ਼ਾਰ ਹੋਣਾ ਪੈਂਦਾ ਤੇ ਉਹ ਜਿਹੇ ਥਾਵਾ ਦੇਣ ਲੱਗੇ ਜਿਹੜੇ ਚੰਗੀਆਂ ਥਾਵਾ ਦੇ ਓਨਰ ਨੇ ਉਹ ਹਜਿਜ ਚਾਉਂਦੇ ਨੇ ਅੱਛਾ ਸਰਮਾਇਦਰ ਦੇਸ਼ਾਂ ਵਿੱਚ ਜਿਹੜਾ ਪਦਾਰਥਵਾਦ ਦੀ ਝੁਕਾਅ ਹੈ ਉਤੋਂ ਪ੍ਰਭਾਵਤ ਹੁੰਦੇ ਇਹ ਜਿਹੜੇ ਸਾਡੇ ਪੰਜਾਬੀ ਭਰਾ ਨੇ ਤੇ ਉੱਥੇ ਬਸ ਗਏ ਨੇ ਉਹਨਾਂ ਚੋਂ ਕੁਝ ਇੱਕ ਨੇ ਗੈਰ ਕਾਨੂੰਨੀ ਕੰਮ ਕਰਨੇ ਸ਼ੁਰੂ ਕਰ ਲੈਨੇ ਉਹਨਾਂ ਵਿੱਚੋਂ ਮੈਂ ਜ਼ਿਕਰ ਕਰੂੰਗਾ ਸਿਰਫ ਨਸ਼ੇ ਵੇਚਣ ਵਾਲਿਆਂ ਦਾ ਇੱਥੋਂ ਚੰਗੇ ਭਲੇ ਖਾਂਦੇ ਪਿੰਦੇ ਪਰਿਵਾਰਾਂ ਚੋਂ ਆਪਣੇ ਆਪ ਨੂੰ ਸਮਾਜ ਚ ਉੱਪਰ ਲਿਬਰਲ ਅੰਜ ਗਿਣਦੇ ਹੋਏ ਕੈਨੇਡਾ ਦੇ ਅਖਬਾਰਾਂ 'ਚ ਅਮਰੀਕਾ ਦੇ ਅਖਬਾਰਾਂ 'ਚ ਫੋਟੋਆਂ ਲਾਦੀਆਂ ਨੇ ਕਿ ਆਇਆ ਪਰਿਵਾਰ ਨੇ ਇਹਨਾਂ ਨੇ ਸੁੱਖਾ ਇਹਨਾਂ ਨੇ ਗਾਂਜਾ ਇਹਨਾਂ ਨੇ ਹੋਰ ਇਸ ਤਰ੍ਹਾਂ ਦੇ ਨਸ਼ੇ ਜਿਹੜੇ ਹੈਗੇ ਘਰ ਪੁਰਾਣੇ ਲੈ ਕੇ ਉਹਨਾਂ ਜੋਗਾਉਣਾ ਸ਼ੁਰੂ ਕੀਤਾ ਵੇਚਣਾ ਸ਼ੁਰੂ ਕੀਤਾ ਤੇ ਅਖੀਰ ਤੇ ਉਹ ਫੜੇ ਗਏ ਅਤੇ ਕੋਸ਼ਿਕ ਬੱਚੇ ਸਾਡੇ ਜਿਹੜੇ ਦੂਜੀ ਜਾਂ ਤੀਜੀ ਪੀੜ੍ਹੀ ਦੇ ਵਿੱਚ ਨੇ ਉਹ ਜਿਹੜੇ ਹੈਗੇ ਨਸ਼ੇ ਦੇ ਗੁਲਾਮ ਹੋ ਗਏ ਤੇ ਦੂਜੀ ਤੀਜੀ ਪੀੜ੍ਹੀ ਵਾਲੇ ਸਾਡੇ ਜਿਹੜੇ ਭਰਾ ਨੇ ਉਹ ਵੀ ਨਸ਼ੇ ਦੇ ਗੁਲਾਮ ਹੋ ਗਏ ਤੇ ਉਹਨਾਂ ਚੋਂ ਕੁਛ ਇੱਕ ਜੇਲਾਂ ਦੇ ਵਿੱਚ ਵੀ ਮਿਲਦੇ ਨੇ ਜਦੋਂ ਬਾਹਰਲੇ ਦੇਸ਼ਾਂ ਤੋਂ ਆਏ ਸਾਡੇ ਪ੍ਰਵਾਸੀ ਭਰਾ ਆਪਣੀ ਅਮੀਰੀ ਦਾ ਦਿਖਾਵਾ ਕਰਦੇ ਨੇ ਤਾਂ ਉਹਦੇ ਨਾਲ ਪਿੱਛੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਉਹਦੇ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ ਤੇ ਕੁਛ ਸਾਡੀ ਉਮਰ ਵਾਲੇ ਵੀ ਜਾਂ ਸਾਤੋਂ ਘੱਟ ਵਾਲੇ ਵੀ ਕਹਿੰਦੇ ਵੀ ਜੇ ਉੱਥੇ ਦਾ ਗੱਲ ਜੀ ਬਣ ਜਾਵੇ ਤਾਂ ਸ਼ਾਇਦ ਕੋਈ ਕਾਇਆ ਕਲਪ ਹੋ ਜਾਊਗੀ ਪਰ ਇਹਦੀ ਕੀਮਤ ਵੱਡੀ ਧਾਰਨੀ ਪੈਂਦੀ ਹੈ ਕਿਉਂਕਿ ਇਸ ਤਰ੍ਹਾਂ ਬਹੁਤੇ ਲੋਕ ਗੈਰ ਕਾਨੂੰਨੀ ਢੰਗ ਨਾਲ ਜਾਨਵਾਰੇ ਸੋਚਦੇ ਨੇ ਜਾਂ ਜਾਂਦੇ ਨੇ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਚੱਲ ਜਾਂਦੇ ਨੇ ਪਹਿਲੀ ਗੱਲ ਤਾਂ ਹਰ ਮੌਕੇ ਇਸ ਸਚੋਪੰਚ ਰਹਿੰਦੇ ਨੇ ਕਦੋਂ ਉਹਨਾਂ ਨੂੰ ਕੱਢਿਆ ਜਾਊਗਾ ਦੂਜੀ ਗੱਲ ਉੱਥੇ ਜਾ ਕੇ ਗੈਰ ਕਾਨੂੰਨੀ ਢੰਗ ਹੋਣ ਗੈਰ ਕਾਨੂੰਨੀ ਹੋਣ ਕਰਕੇ ਘੱਟ ਮਜ਼ਦੂਰੀ ਦੇ ਰਾਂਹ ਦਾ ਕੰਮ ਕਰਦੇ ਨੇ ਤੇ ਬਹੁਤੀ ਵਾਰੀ ਇਹਨਾਂ ਦੀ ਲੁੱਟ ਦੇ ਵਿੱਚ ਸਾਡਾ ਹੀ ਭਾਈਚਾਰਾ ਹੁੰਦਾ ਹੈ ਕਿ ਇਹਨਾਂ ਨੂੰ ਘੱਟ ਦੇਣਾ ਹੈ ਇਹਨਾਂ ਨੂੰ ਗੁਲਾਮ ਬਣਾ ਕੇ ਰੱਖਣਾ ਹੈ ਇਹਨਾਂ ਨੂੰ ਲੰਬੇ ਟਾਈਮ ਕਰਾਉਣਾ ਹੈ 24 ਘੰਟੇ ਇਹ ਜਦੋਂ ਇਹਨਾਂ ਨੂੰ ਬੁਲਾਈਏ ਤਾਂ ਇਹ ਹਾਜ਼ਰ ਹੋਣਗੇ ਤੇ ਜਿਹੜੇ ਖਾੜੀ ਦੇਸ਼ਾਂ 'ਚ ਸਾਡੇ ਗਾਇ ਹੈ ਕਾਨੂੰਨੀ ਤੇ ਗੈਰ ਕਾਨੂੰਨੀ ਭਰਾ ਨੇ ਉਹਨਾਂ ਦੀ ਹਾਲਤ ਬਾਰੇ ਬਖਵਾਖ ਖਗਵਾਰਾਂ 'ਚੋਂ ਬਖਵਾਖ ਮੈਗਜ਼ੀਨ ਜਾਂ ਜਰਨਲ 'ਚੋਂ ਸਾਨੂੰ ਪਤਾ ਲੱਗਦਾ ਰਹਿੰਦਾ ਕਿ ਉਹਨਾਂ ਨੂੰ ਕਿੰਨੇ ਤਸੀਹੇ ਚੱਲਣੇ ਪੈਂਦੇ ਨੇ ਤੇ ਸਾਡਾ ਭਾਈਚਾਰਾ ਜਿਆ ਜਾਂਦਾ ਤਾਂ ਬਜ਼ੁਰਗਾਂ ਨੂੰ ਵੀ ਆਪਦੇ ਕੋਲ ਲੈ ਜਾਂਦਾ ਜਿਹੜੇ ਬਜ਼ੁਰਗਾਂ ਨੇ ਦਿਨ ਰਾਤ ਇੱਕ ਕਰਕੇ ਆਪਣੀ ਜ਼ਿੰਦਗੀ ਦੀਆਂ ਨਿੱਕੇ-ਨਿੱਕੇ ਖੁਸ਼ੀਆਂ ਛੱਡ ਕੇ ਉਹਦੇ ਬੱਚਿਆਂ ਲਈ ਪੈਸਾ ਜੋੜ ਕੇ ਉਹਨਾਂ ਨੂੰ ਪੜਾ ਕੇ ਉਹਨਾਂ ਨੂੰ ਸਿੱਖਿਆ ਦੇ ਕੇ ਬਾਹਰਲੇ ਦੇਸ਼ਾਂ 'ਚ ਭੇਜਿਆ ਹੁੰਦਾ ਹੈ ਜਦੋਂ ਉਹਨਾਂ ਨੂੰ ਉੱਥੇ ਉਹਨਾਂ ਦੇ ਬੱਚੇ ਲੈ ਜਾਂਦੇ ਨੇ ਤਾਂ ਉਹ ਰਿਟਾਇਰ ਹੋ ਕੇ ਜਾਂਦੇ ਨੇ ਤੇ ਰਿਟਾਇਰਮੈਂਟ ਦੀ ਉਮਰ ਦੇ ਵਿੱਚ ਜਿਹੜਾ ਜ਼ਿੰਦਗੀ ਦਾ ਆਨੰਦ ਮਾਣਨਾ ਹੈ ਉਹਦੇ ਵਿਜਾਏ ਉਹਨਾਂ ਨੂੰ ਦੂਜੀ ਨੌਕਰੀ ਦੇ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਿਨਾ ਕੁਝ ਕੇਸ ਅਜੇ ਵੀ ਦੇਖਣ ਨੂੰ ਮਿਲਦੇ ਨੇ ਜਿੱਥੇ ਪੈਨਸ਼ਨ ਲਵਾਉਣ 'ਚ ਬੱਚੇ ਆਪਣੇ ਬਜ਼ੁਰਗਾਂ ਦੀ ਬਹੁਤ ਮਦਦ ਕਰਦੇ ਆ। ਉਹ ਸੁਭਾਅ ਕਹਿ ਕੇ ਹੋਣੀ ਚਾਹੀਦੀ ਹੈ ਪਰ ਪੈਨਸ਼ਨ ਦਾ ਵੱਡਾ ਹਿੱਸਾ ਉਹਦੇ ਕੋਲ ਰੱਖ ਕੇ ਬਜ਼ੁਰਗਾਂ ਨੂੰ ਫੇਰ ਇੱਥੇ ਨਾਲੋਂ ਨੀਵਾ ਜੀਵਨ ਪੱਧਰ 'ਤੇ ਜਾਣ ਲਈ ਵੀ ਮਜਬੂਰ ਕਰ ਦਿੰਦੇ ਨੇ। ਤੇ ਇਹਨਾਂ ਬਜ਼ੁਰਗਾਂ ਨੂੰ ਇੱਥੇ ਤੱਕ ਕੇ ਸੀਮਿਤ ਨਹੀਂ ਕੇ ਕੰਮ ਕਰਾ ਲਿਆ ਪੈਨਸ਼ਨ ਵਾਲੀ ਪੈਨਸ਼ਨ 'ਚ ਉਹ ਜ਼ਿਆਦਾ ਹਿੱਸਾ ਲੈ ਲਿਆ ਸਗੋਂ ਜਿਹੜੇ ਆਪਦੇ ਬੱਚੇ ਨੇ ਉਹਨਾਂ ਦੇ ਪਾਲਣ ਪੋਚਣ ਦਾ ਕੰਮ ਦੋਤੇ ਦੋਤੀਆਂ ਪੋਤੇ ਪੋਤੀਆਂ ਉਹਨਾਂ ਦੇ ਪਾਲਣ ਪੋਚਣ ਦਾ ਕੰਮ ਦਿੱਤਾ ਜਾਂਦਾ ਹੈ। ਇਹੀ ਬੱਚੇ ਵੱਡੇ ਹੋ ਕੇ ਉਹਨਾਂ ਨੂੰ ਸੌ ਤਰ੍ਹਾਂ ਦੀਆਂ ਗਾਲਾਂ ਕੱਢਦੇ ਨੇ। ਬਜ਼ੁਰਗਾਂ ਨੂੰ ਜਿਹਦੇ ਵਿੱਚ ਇੱਕ ਸਭ ਤੋਂ ਸੌਖੀ ਜੀ ਗਾਲ ਜਿਹੜੀ ਦੱਸੀ ਜਾ ਸਕਦੀ ਹੈ ਉਹ ਹੈਗੀ ਵੀ ਇਹ ਬਜ਼ੁਰਗ ਮੂਰਖ ਨੇ ਤੇ ਇਸ ਤੋਂ ਬਿਨਾ ਸਾਡੇ ਪ੍ਰਵਾਸੀ ਪੰਜਾਬੀਆਂ ਵਿੱਚ ਨਰਡ ਵਿਆਹ ਵੀ ਦੇਖਣ ਨੂੰ ਮਿਲਦੇ ਨੇ ਜੋ ਵੱਖ-ਵੱਖ ਤਰ੍ਹਾਂ ਦੀਆਂ ਬੁਰਾਈਆਂ ਨੂੰ ਜਾਣਦੇ ਨੇ ਪੰਜਾਬ ਚੋਂ ਬਾਹਰਲੇ ਦੇਸ਼ਾਂ ਨੂੰ ਜਾਣ ਦੀ ਲਾਲਕ ਇੰਨੀ ਜ਼ਿਆਦਾ ਹੈ ਕਿ ਬਿਨਾਂ ਦੇਖੇ ਮੁੰਡਾ ਕੁੜੀਆਂ ਸੀ ਵਿਆਉਣੀਆਂ ਨੇ ਮੁੰਡਾ ਦੇ ਬਰਾਬਰ ਮੁੰਡੇ ਦੇ ਬਰਾਬਰ ਦੀ ਹੋਵੇ ਨਾ ਹੋਵੇ ਮੇਲ ਬਣਦਾ ਹੋਵੇ ਨਾ ਕਰਦਾ ਹੋਵੇ ਉਹ ਵਿਆਹ ਦੇਣਾ ਤੇ ਉਹਨਾਂ ਵਿੱਚੋਂ ਵੀ ਜ਼ਿਆਦਾ ਇਹੋ ਜਿਹੇ ਨੇ ਕਿ ਸਿਰਫ ਉਹ ਮਨੁੱਖੀ ਕਦਰਾਂ ਕੀਮਤਾਂ ਨੂੰ ਛੱਡਦੇ ਹੋਏ ਕਿ ਉਹਨਾਂ ਨੇ ਇਹ ਛੱਡਤੀ ਗੱਲ ਕਿ ਅਸੀਂ ਵਿਆਹ ਕਰਾ ਕੇ ਸੈਟਲ ਹੋਣਾ ਹੈ ਉਹਨਾਂ ਨੂੰ ਇਹ ਕਹਿੰਦਾ ਇਸ ਤਾਂ ਉੱਥੇ ਸੈਟਲ ਹੋਣਾ ਜਿੰਨੀ ਦੇਰ ਆਪ ਸਿਟੀਜਨ ਨਹੀਂ ਬਣਦੇ ਆਪਦੇ ਮਾਪਿਆਂ ਨੂੰ ਜਾਂਦੇ ਉਹਨਾਂ ਲਈ ਉਹ ਸਾਰਾ ਕੁਝ ਠੀਕ ਹੁੰਦਾ ਉਸ ਘਰ ਦੇ ਉਸੂਲ ਠੀਕ ਹੁੰਦੇ ਨੇ ਬਾਅਦ ਦੇ ਵਿੱਚ ਜਦੋਂ ਸਾਰਾ ਕੁਝ ਹੋ ਜਾਂਦਾ ਮਾਪਿਆਂ ਚੱਲ ਜਾਂਦੇ ਨੇ ਸੈਟਲ ਹੋ ਕੇ ਉਹਨਾਂ ਬੱਚਿਆਂ ਨੂੰ ਛੱਡ ਦਿੰਦੇ ਨੇ ਇਹਦੀ ਦੂਜੀ ਬੰਨ ਗਈ ਕੁਛ ਇੱਕ ਕੁੜੀਆਂ ਜਿਹੜੀਆਂ ਇਸ ਮਿਰਗਦਰਸ਼ਾ ਵਿੱਚ ਫਸਦੀਆਂ ਨੇ ਕਿ ਉੱਥੇ ਸਵਰਗ ਹੈ ਤੇ ਉੱਥੇ ਲਿਜਾ ਕੇ ਉਹਨਾਂ ਨੂੰ ਵੀ ਇਹ ਬੰਦਕ ਰੱਖਿਆ ਜਾਂਦਾ ਹੈਗਾ ਇਹਨਾਂ ਇਹਨਾਂ ਕੰਮ ਤੇ ਨਹੀਂ ਜਾਣ ਦੇਣਾ ਕਿਉਂਕਿ ਡਰ ਹੈ ਕਿ ਉੱਥੋਂ ਕੁੜੀ ਚਲੀ ਨ ਜਾਵੇ ਤੇ ਦੂਜਾ ਉਹਨਾਂ ਤੋਂ ਘਰ ਦੇ ਕੰਮ ਇਸ ਤਰ੍ਹਾਂ ਦੇ ਕਰਾਉਣੇ ਨੇ ਜਿਵੇਂ ਗੁਲਾਮੀ ਆ ਪਰ ਸਭ ਤੋਂ ਗਿਰੀ ਹੋਈ ਜਿਹੜੀ ਗੱਲ ਮੈਂ ਇੱਥੇ ਕਰਨ ਲੱਗਿਆ ਉਹ ਹੈ ਕਿ ਸਾਡੇ ਤੇ ਇੰਨੀ ਹਾਵੀ ਹੋ ਗਈ ਹੈ ਪ੍ਰਵਾਸ ਕਿ ਅਸੀਂ ਕਾਗਜੀ ਸਕੇ ਭੈਣਾ ਭਾਈਆਂ ਦੇ ਵਿਆਹ ਵੀ ਸੁਣਨ ਚਾਹੁੰਦੇ ਨੇ ਜਿਹੜੇ ਮਾਮੇ ਦੀ ਕੁੜੀ ਭੂਆ ਦੇ ਭੂਆ ਦੀ ਕੁੜੀ ਮਾਸੀ ਦੀ ਕੁੜੀ ਉਹ ਵੀ ਭੈਣੇ ਨੇ ਉਹਨਾਂ ਨਾਲ ਵਿਆਹ ਕਾਗਜੀ ਵਿਆਹ ਦੇਖਣ ਨੂੰ ਮਿਲਦੇ ਨੇ ਤੇ ਇੱਕ ਹੋਰ ਮਾੜਾ ਪੱਖ ਅਸੀਂ ਇੱਥੇ ਮੁੱਦਤਾਂ ਤੋਂ ਬਹੁਤ ਲੰਬੇ ਸਮੇਂ ਤੋਂ ਜਾਤਾਂ ਦਾ ਇਲਾਕਿਆਂ ਦਾ ਸੰਤਾਪ ਪੜਨੋ ਹੁਜਿਆ ਰਹੇ ਹਾਂ ਮੈਂ ਜੱਟ ਮੈਂ ਰਾਮਗੜੀਆ ਮੈਂ ਉਹ ਮੈਂ ਇਹ ਆਦਤ ਪਰ ਉੱਥੇ ਜਾ ਕੇ ਇਹ ਸਾਡਾ ਕੋਡ ਘਟਿਆ ਨਹੀਂ ਸਕੋ ਵੱਧ ਗਿਆ ਉੱਥੇ ਜਿਹੜਾ ਹੈਗਾ ਬਿਲਕੁਲ ਇੱਥੋਂ ਬਾਲ ਲਵੇ ਲੱਗੇ ਹੋਏ ਤੇ ਇੱਥੇ ਡੌਲਿਆਂ ਦੇ ਉੱਪਰ ਖਾਲੀ ਜਗ੍ਹਾ ਕੋਈ ਪਾ ਕੇ ਉੱਥੇ ਲਿਖਦਾ ਆਈ ਐਮ ਪ੍ਰਾਊਡ ਟੂ ਬੀ ਜੱਟ ਸਿੱਖ ਹੈਨਾ ਜਾਂ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਜਾਤਾਂ ਦੀ ਇੱਕ ਮੈਂ ਇੱਕ ਯਾਦ ਦੀ ਗੱਲ ਜਿਹੜੀ ਮੈਂ ਤੁਹਾਨੂੰ ਲੱਗ ਇਸ ਤਰ੍ਹਾਂ ਤੁਹਾਨੂੰ ਅਕਸਰ ਮਿਲ ਜੂਗਾ ਤੇ ਇਲਾਕਿਆਂ ਦਾ ਅਸੀਂ ਲੁਧੇਣ ਵਾਲੇ ਅਸੀਂ ਪਟਿਆਲੇ ਵਾਲੇ ਅਸੀਂ ਬਠਿੰਡਵੀ ਅਸੀਂ ਇਹ ਅਸੀਂ ਉਹ ਤੇ ਫਿਰ ਉਹ ਸਾਰਾ ਕੁਝ ਉੱਥੇ ਦੇਖਣ ਨੂੰ ਮਿਲਦਾ ਹੁਣ ਗੱਲ ਆਈ ਰਾਸੀ ਇਸ਼ਾਵਾਂ ਦੀ ਆਪਣੀ ਰਾਸ਼ੀ ਸ਼ਿਆਮਾ ਦੀ ਪੂਰਤੀ ਜਾਂ ਪੰਜਾਬ ਵਿੱਚ ਰਾਸ਼ੀ ਆਗੂਆਂ ਨਾਲ ਮੇਲਜੋਲ ਵਧਾਉਣ ਲਈ ਸਾਡੇ ਭਰਾ ਜਿਹੜੇ ਜਾ ਕੇ ਉੱਥੇ ਬਸ ਗਏ ਨੇ ਆਪਣੀ ਕਮਾਈ ਦਾ ਕੁਝ ਹਿੱਸਾ ਲਾਉਂਦੇ ਦੇਖੇ ਜਾ ਸਕਦੇ ਨੇ ਤੇ ਇਹਦੇ ਵਿੱਚ ਇਹ ਜਿਹੜਾ ਨਜ਼ਾਰਾ ਚੋਣਾ ਮੌਕੇ ਪ੍ਰਤੱਖ ਹੁੰਦਾ ਹੈਗਾ ਕਿ ਵੱਖ-ਵੱਖ ਰਾਸ਼ੀ ਪਾਰਟੀਆਂ ਲਈ 5-17 ਹੋਟਲਾਂ 'ਚ ਜਾਂ ਹੋਰ ਥਾਵਾਂ ਉੱਤੇ ਇਹ ਸੈਮੀਨਾਰ ਕਰਦੇ ਕਰਾਉਂਦੇ ਅਕਸਰ ਸਾਨੂੰ ਮਿਲ ਜਾਂਦੇ ਨੇ ਹੁਣ ਇੱਕ ਦੋਸ ਦਾ ਪੱਖ ਹੋਰ ਹੈ ਆਪਣੇ ਆਪ ਨੂੰ ਵੱਡਾ ਕਹੋਣ ਦਾ ਹਰੇਕ ਦਾ ਦਿਲ ਕਰਦਾ ਜਿਵੇਂ ਪੰਜਾਬ ਚ ਵੀ ਸਾਡੇ ਕਈ ਭੈਣ ਭਰਾ ਨੰਬਰ 1 ਖਰੀਦਦੇ ਨੇ ਕਾਰ ਦਾ 20 ਲੱਖ ਰੁਪਇਆ ਦੇ ਦਿੰਦੇ ਨੇ ਕਿਉਂਕਿ ਨੰਬਰ 1 ਉਹਨਾਂ ਲੱਗਦਾ ਕਿ ਬਾਕੀਆਂ ਨੂੰ ਬਖ ਕਰਨ ਦਾ ਤਰੀਕਾ ਹੈਗਾ ਆਪਣੇ ਜਿਹੜੇ ਸਾਡੇ ਪ੍ਰਵਾਸੀ ਭੈਣ ਭਰਾ ਉੱਥੇ ਗਏ ਨੇ ਆਪਣੇ ਆਪ ਨੂੰ ਵੱਡਾ ਦਿਖਾਉਣ ਲਈ ਆਪਣੇ ਬਜ਼ੁਰਗਾਂ ਦੇ ਭੋਗ ਸਮੇਂ ਦੀ ਘਾਟ ਕਰਕੇ ਉੱਥੇ ਹੀ ਪਾਉਂਦੇ ਨੇ ਪਰ ਪਿੱਛੇ ਨੂੰ ਦਿਖਾਉਣ ਲਈ ਕੇ ਭੋਗ ਪਾਉਣਾ ਇਹ ਭੋਗ ਪਾਉਂਦੇ ਨੇ ਜਿਹਦੇ ਉੱਤੇ ਭੋਗ ਜਾਂ ਵਹਾਂ ਉੱਤੇ ਬਹੁਤ ਜ਼ਿਆਦਾ ਖਰਚਾ ਕਰਦੇ ਨੇ ਤੇ ਇਹਨਾਂ ਭੋਗਾਂ ਤੇ ਆਪਦੇ ਸੋਲੇ ਗੋਣ ਲਈ ਇਹ ਜਿਹੜੇ ਰਾਸੀ ਆਗੂ ਨੇ ਉਹਨਾਂ ਦੇ ਤਰਲੇ ਕਰਦੇ ਵੀ ਸਾਨੂੰ ਦਿਖਾਈ ਦਿੰਦੇ ਨੇ ਅਤੇ ਇਹਦਾ ਸਭ ਤੋਂ ਮਾੜਾ ਪੱਖ ਹੈ ਕਿ ਆਪਣੇ ਆਪ ਨੂੰ ਵੱਡਾ ਦਿਖਾਉਣ ਲਈ ਕਿ ਸਾਡਾ ਬਜ਼ੁਰਗ ਸੀ ਉੱਥੇ ਬੋਲਿਆ ਜਾਊਗਾ ਕਿ ਇਹਦੇ ਇੰਨੇ ਬੱਚੇ ਅਮਰੀਕਾ 'ਚ ਨੇ ਇੰਨੇ ਕੈਨੇਡਾ 'ਚ ਨੇ ਇਹਨਾਂ ਨੇ ਇਹ ਪ੍ਰਾਪਤੀ ਕੀਤੀ ਹੈ ਉਹ ਪ੍ਰਾਪਤੀ ਕੀਤੀ ਹੈ ਜਿਹੜੇ ਭੈਣ ਭਰਾਵਾਂ ਨੇ ਇੱਥੇ ਦਿਨ ਡੰਡਾ ਦੇ ਕਰਕੇ ਆਪਦੀਆਂ ਖੁਸ਼ੀਆਂ ਛੱਡ ਕੇ ਉਹਨਾਂ ਨੂੰ ਭੇਜਿਆ ਹੁੰਦਾ ਹੈ ਉਹਨਾਂ ਨੂੰ ਕਹਿੰਦੇ ਬਰਾਬਰ ਦਾ ਹਿੱਸਾ ਪਾਓ ਬਾਪੂ ਮਰ ਗਿਆ ਭੋਗ ਪਾਉਣਾ ਮੈਨੂੰ ਤਾਂ ਬ੍ਰਿਆਮ ਸੰਧੂ ਦੀ ਕਹਾਣੀ ਚੇਤੇ ਆਉਂਦੀ ਹੈ ਆਪਣਾ ਆਪਣਾ ਹਿੱਸਾ ਹੂੰ ਇਹ ਉਸ ਤੋਂ ਥੋੜਾ ਜਿਆਦਾ ਇਹਦੀ ਡਿਗਰੀ ਹੈ ਜਿਹੜੀ ਇੱਥੇ ਹੈਗੀ ਵੀ ਬਾਪੂ ਮਰ ਗਿਆ ਬਰਾਬਰ ਦਾ ਹਿੱਸਾ ਪਾਉਣ ਲਈ ਜਿਹੜੇ ਸਾਡੇ ਖਾੜੀ ਵਾਲੇ ਭੈਣ ਭਰਾ ਜਾਂਦੇ ਨੇ ਉੱਥੇ ਇਮੀਗ੍ਰੇਸ਼ਨ ਦਾ ਤਕਰੀਬਨ ਬਹੁਤੇ ਲੋਕਾਂ ਲਈ ਹੈ ਨਹੀਂ ਉਹ ਤਾਂ ਗਾਇ ਕੰਮ ਕੀਤਾ ਆਉਣਾ ਪਰ ਉਹ ਲੰਬੇ ਟਾਈਮ ਲਈ ਰਹਿੰਦੇ ਨੇ ਇੱਕ ਪੰਜਾਬੀ ਦੀ ਲੋਕ ਬੋਲੀ ਨਾਲ ਉਹਨੂੰ ਕਰ ਲੈਣਾ ਮਿੱਟੀ ਦਾ ਮਿੱਟੀ ਦਾ ਇੱਕ 바ਵਾ ਮੈਂ ਬਣਾਉਣੀ ਹੈ ਉੱਪਰ ਦਿੰਨੀ ਹੈ ਖੇਸੀ ਨਾ ਰੋ ਮਿੱਟੀ ਦਾ 바ਵਾ ਤੇ ਰੱਪੇ ਉੱਪਰ ਦੇ ਸੀ ਅੱਜ ਕੱਲ ਜਿਹੜੇ ਵਿਦਿਆਰਥੀ ਜਾਂ ਪੇਸ਼ਾਵਰ ਲੋਕਾਂ ਦਾ ਪੰਜਾਬ ਤੋਂ ਬਾਹਰਲੇ ਦੇਸ਼ਾਂ ਵਿੱਚ ਪ੍ਰਵਾਸ ਹੋ ਰਿਹਾ ਹੈ ਉਹਨਾਂ ਦੇ ਦੇਸ਼ ਹੁਣ ਮੈਂ ਗੱਲ ਸੁਝਾਵਾਂ ਵੱਲ ਆਉਣਾ ਜਿਨ੍ਹਾਂ ਪ੍ਰਵਾਸ ਹੋ ਰਿਹਾ ਹੈ ਦੇਸ਼ ਛੱਡਣ ਸਮੇਂ ਕਿਉਂ ਨਾ ਉਹਨਾਂ ਤੋਂ ਇੱਕ ਬੌਂਡ ਪ੍ਰਵਾਇਆ ਜਾਵੇ ਕਿ ਜਿੰਨੀ ਲਾਗਤ ਸਿੱਖਿਆ ਟ੍ਰੇਨਿੰਗ ਪੰਜਾਬ ਜਾਂ ਦੇਸ਼ ਚ ਉਹਨਾਂ ਲਈ ਆ ਜਿਹਦੇ ਤੇ ਸਰਕਾਰ ਤੇ ਸਮਾਜ ਦਾ ਬਹੁਤ ਜ਼ਿਆਦਾ ਖਰਚ ਹੋਇਆ ਇਹ ਉਹ ਜੇ ਉੱਥੇ ਜਾ ਕੇ ਪੱਕੇ ਤੌਰ ਤੇ ਬਸਦੇ ਨੇ ਉਹ ਉਹਨਾਂ ਤੋਂ ਵਾਪਸ ਲੈਣ ਲਈ ਉਹਦਾ ਬੌਂਡ ਹੋਣਾ ਚਾਹੀਦਾ ਪਰ ਪੱਕਾ ਹੱਲ ਲੋਕ ਕਿਉਂ ਮਾਈਗ੍ਰੇਟ ਕਰਦੇ ਆ ਕਿਉਂਕਿ ਅਸੀਂ ਇੱਥੇ ਆਪਣੇ ਦੇਸ਼ ਚ ਉਹ ਸੁੱਖ ਸਹੂਲਤਾਂ ਬੱਚਿਆਂ ਨਹੀਂ ਦਿੱਤੀਆਂ ਜਾਂ ਰੋਜ਼ਗਾਰ ਦੇ ਮੌਕੇ ਨਹੀਂ ਦਿੱਤੇ ਜਿਹੜਾ ਰੋਜ਼ਗਾਰ ਦਿੱਤਾ ਉਹਦਾ ਮਿਆਰ ਵੀ ਨਹੀਂ ਮੈਂ ਕਿ ਉਹ ਇੱਥੇ ਰਹਿ ਸਕਣ ਸੋ ਜ਼ਰੂਰੀ ਹੈ ਕਿ ਸਾਨੂੰ ਕਾਰਪੋਰੇਟ ਜਗਤਪੱਖੀ ਆਰਥਿਕ ਮਾਡਲ ਦਾ ਮੋਹ ਛੱਡਦੇ ਹੋਏ ਜਿਹਦੇ ਲਈ ਸਾਡੇ ਸਰਕਾਰੀ ਦਰਬਾਰੀ ਤੇ ਜਗਾੜੀ ਅਰਥਵਿਗਿਆਨੀ ਹੱਲ ਦਿੰਦੇ ਨੇ ਕਿ ਸਮਾਜਿਕ ਜ਼ਿੰਮੇਵਾਰੀ ਕਾਰਪੋਰੇਟ ਰਿਸਪੌਂਸਿਬਿਲਟੀ ਦੀ ਗੱਲ ਕਰਦੇ ਨੇ ਕਾਰਪੋਰੇਟ ਜੇ ਕਾਰਪੋਰੇਸ਼ਨ ਆ ਰਿਸਪੌਂਸਿਬਲ ਹੁਣ ਸੋਸ਼ਲੀ ਫੇਰ ਤਾਂ ਗੱਲੇ ਨਾ ਹੋਵੇ ਕਾਰਪੋਰੇਟਾਂ ਹੋਣ ਛਾਦੇਗਾ ਕੋਈ ਕਾਰਪੋਰੇਸ਼ਨਾਂ ਨੂੰ ਤਾਂ ਆਪਣੇ ਪ੍ਰੋਫਿਟ ਵਧਾਉਣੇ ਹੁੰਦੇ ਨੇ ਤੇ ਸਾਨੂੰ ਲੋਕਪੱਖੀ ਆਰਥਿਕ ਆਰਥਿਕ ਮਾਡਲ ਅਪਣਾਉਣਾ ਪਊਗਾ ਉਹਦੇ ਨਾਲੋਂ ਉਹਦੇ ਨਾਲ ਅਸੀਂ ਰੋਜ਼ਗਾਰ ਦੇ ਮੌਕੇ ਤੇ ਰੋਜ਼ਗਾਰ ਦਾ ਮਿਆਰ ਇੰਨਾ ਵਧਾ ਦਈਏ ਕਿ ਸਾਡੇ ਬੱਚੇ ਇੱਥੇ ਹੀ ਰਹਿਣ ਲਈ ਜਿਆਦਾ ਆਬਾਦ ਦੇਣ ਜਿਹੜਾ ਉਹਨਾਂ ਨੂੰ ਲੱਗਦਾ ਉਹਨੂੰ ਉਹ ਸੋਚ ਕੇ ਪ੍ਰਵਾਸ ਕਰਨ ਜਿਹੜੇ ਲੋਕ ਸਾਡੇ ਦੇਸ਼ ਚੋਂ ਬੰladeshਾਂ ਚ ਜਾ ਕੇ ਬਸ ਜਾਂਦੇ ਨੇ ਉਹਨਾਂ ਨੂੰ ਇਹ ਦੇਸ਼ ਨੂੰ ਭੁੱਲਣਾ ਚਾਹੀਦਾ ਦੇਸ਼ ਨੂੰ ਦਰਕਾਰਨਾ ਨਹੀਂ ਚਾਹੀਦਾ ਦਰਖਤ ਦਾ ਉੱਪਰਲਾ ਹਿੱਸਾ ਹਮੇਸ਼ਾ ਦਰਖਤ ਦੀਆਂ ਜੜ੍ਹਾਂ ਨਾਲੋਂ ਸੁੰਦਰ ਹੁੰਦਾ ਪਰ ਉੱਪਰਲੇ ਹਿੱਸੇ ਦੀ ਹੋਂਦ ਦਰਖਤ ਦੀਆਂ ਜੜਾਂ ਨਾਲੇ ਹੁੰਦੀ ਹੈਗੀ ਸੋ ਸਾਡੇ ਪੰਜਾਬ ਚ ਗਏ ਹੈ ਭੈਣ ਭਰਾਵਾਂ ਨੂੰ ਇੱਥੇ ਲਈ ਅਕਿਰਤਗਾਨ ਨਹੀਂ ਹੋਣਾ ਚਾਹੀਦਾ ਪ੍ਰਵਾਸ ਨਾ ਤਾਂ ਰੁਕਣਾ ਨਾ ਰੁਕਿਆ ਜਾਣਾ ਚਾਹੀਦਾ ਪਰ ਪ੍ਰਵਾਸ ਤੇ ਨਿਯੰਤਰਣ ਜ਼ਰੂਰ ਹੋਣੀ ਚਾਹੀਦਾ ਅਖੀਰ ਤੇ ਭਾਈ ਗਰਦਾਸ ਦੀਆਂ ਦੋਕ ਜਿਹੜੀਆਂ ਹੈਗੀਆਂ ਸਤਰਾ ਨਾਲ ਇਹਨੂੰ ਕਰਦਾ ਸਮਾ ਨਾ ਤਿਸ ਭਾਰੇ ਪਰਵਤਾ ਅਸਮਾਨ ਕਹਿੰਦੇ ਨਾ ਤਿਸ ਭਾਰੇ ਕੋਟ ਗੜ ਘਰ ਬਾਰ ਦਸਿੰਦੇ ਭਾਰੇ ਪਈ ਅਕਿਰਤਗਾਨ ਮੰਦੀ ਹੀ ਮੰਦੀ ਹੂ ਮੰਦੇ ਧੰਨਵਾਦ